ਵੱਲੋਂ ਦੀ ਇਹ ਪਨੀਰੀ ਮੁਫਤ ਦੇ ਵਿੱਚ ਦਿੱਤੀ ਜਾਵੇਗੀ ਤਾਂ ਕਿ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ। ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੜ੍ਹ ਆਉਣ ਨਾਲ ਕੁਦਰਤ ਦੀ ਐਡੀ ਮਾਰ ਹੈਗੀ ਹੈ ਵੀ ਮਤਲਬ ਉਹਨਾਂ ਲੋਕਾਂ ਕੋਲ ਕੁਝ ਵੀ ਨਹੀਂ ਰਿਹਾ। ਉਹਨਾਂ ਦੇ ਘਰ ਚਲੇ ਗਏ, ਉਹਨਾਂ ਦੇ ਉਹਨਾਂ ਕੋਲ ਮਤਲਬ ਘਰੇ ਆਟਾ ਪਿਆ, ਕਣਕ ਪਈ ਆ, ਪਰ ਪਰਮਾਤਮਾ ਦੇ ਹੁਕਮ ਹੈ ਨਹੀਂ ਇਹਨਾਂ ਨੂੰ ਪਕਾਉਣ ਦਾ, ਕਿਉਂਕਿ 8-8-10 ਫੁੱਟ ਪਾਣੀ ਮਿਲਦਾ ਫਿਰਦਾ। ਤਾਂ ਚਲੋ ਅਸੀਂ ਸੋਚਿਆ ਵੀ ਮਤਲਬ ਕਿ ਜਦੋਂ ਪਾਣੀ ਘੱਟ ਜਾਏਗਾ, ਅੱਜ ਤੋਂ ਤਕਰੀਬਨ 25-30 ਦਿਨਾਂ ਬਾਅਦ ਜਿਹੜੀ ਆਪਾਂ ਇਹ ਪਨੀਰੀ ਲਾਈ ਆ ਉਹ ਤਿਆਰ ਹੋ ਜਾਏਗੀ ਅਤੇ ਇਹ ਝੋਨੇ ਲਾਉਣ ਦੇ ਯੋਗ ਹੋ ਜਾਏਗੀ। ਇਹ ਪਨੀਰੀ ਬਾਈ ਜੀ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅਸੀਂ ਮਤਲਬ ਲਾਈ ਹੈਗੀ ਆ, ਤਾਂ ਕਿ ਜਿਹੜੇ ਹੜ੍ਹ ਪੀੜਤ ਕਿਸਾਨ ਹੈਗੇ ਆ, ਛੋਟੇ ਕਿਸਾਨ ਵੀ ਹੈ ਅਤੇ ਦਰਮਿਆਨੇ ਕਿਸਾਨ ਵੀ ਹੈ, ਅਸੀਂ ਉਹਨਾਂ ਕਿਸਾਨਾਂ ਨੂੰ ਇਹ ਮਤਲਬ 5-5 ਏਕੜ ਦੀ ਪਨੀਰੀ ਵੰਡ ਕੇ ਦੇਵਾਂਗੇ, ਤਾਂ ਕਿ ਫਰੀ ਪਨੀਰੀ ਦਿੱਤੀ ਜਾਊਗੀ, ਤਾਂ ਕਿ ਉਹ ਮਤਲਬ ਕੁਛ ਨਾ ਕੁਛ ਜਿੰਨਾ ਅਸੀਂ ਕਰ ਸਕਦੇ ਹਾਂ ਤਾਂ ਉਹਨਾਂ ਦਾ ਫਾਇਦਾ ਹੋ ਸਕੇ ਤਾਂ ਉਹ ਕਿਸਾਨ ਆਪਣੀ ਫਸਲ ਬਚਾ ਸਕਣ। ਪਿੰਡ ਜੱਸੀ ਦੀ ਪੰਚਾਇਤ ਨਾ ਸਿਰਫ ਝੋਨੇ ਦੀ ਪਨੀਰੀ ਕਿਸਾਨਾਂ ਨੂੰ ਵੰਡੇਗੀ ਬਲਕਿ ਪੰਚਾਇਤ ਵੱਲੋਂ ਦੀ ਹੜ੍ਹ ਪੀੜਤਾਂ ਨੂੰ ਰਾਸ਼ਨ ਵੀ ਦਿੱਤਾ ਜਾਵੇਗਾ, ਜਿਸ ਨੂੰ ਲੈ ਕੇ ਪੰਚਾਇਤ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ। ਚਾਹੁੰਦੇ ਜੀ ਕਿ ਹਰੇਕ ਪਿੰਡ ਮਦਦ ਕਰੇ, ਕੋਈ ਹਰੇ ਦੀ ਦਾਲ ਦੀ, ਚਾਰੇ ਦੀ, ਤੂੜੀ ਦੀ, ਜਿਹੋ ਜਿਹੀ ਤਰ੍ਹਾਂ ਪ੍ਰਕਾਰ ਦੀ ਮਦਦ ਹੁੰਦੀ ਆ, ਹਰੇਕ ਪਿੰਡ ਨੂੰ ਹੱਕ ਬਣਦਾ ਪੰਚਾਇਤ ਨੂੰ ਕਿ ਉਪਰਾਲਾ ਕਰਕੇ ਮਦਦ ਕੀਤੀ ਜਾਵੇ ਵਿਚਾਰਿਆਂ ਦੀ। ਇਹ ਬਹੁਤ ਵੱਡਾ ਭੀੜ ਹੜ੍ਹ ਦਾ ਦੁੱਖਾ ਅਤੇ ਕਿ ਉਹਨਾਂ ਨੂੰ ਸਹਾਇਤਾ ਲੱਗ ਜਾਵੇ ਵਿਚਾਰਿਆਂ ਨੂੰ। ਟਾਈਮ ਹੁਣ 2-3 ਦਿਨ ਲੱਗ ਗਏ, ਸਾਰੇ ਪਿੰਡ ਦੇ ਸਰਪੰਚ ਲਾਲਾ, ਸਾਰੇ ਸਾਬਕਾ, ਸਾਰੇ ਸਰਪੰਚ, ਪੰਚਾਇਤ ਇਕੱਠੀ ਹੋ ਕੇ ਮੁੰਡੇ ਬਹੁਤ ਇਕੱਠੇ ਹੋਏ ਇੱਥੇ, 8-10 ਰਲ ਮਿਲ ਕੇ ਅਸੀਂ ਇੱਥੇ 2 ਏਕੜ ਪਨੀਰੀ ਤਿਆਰ ਕਰਤੀ। ਹੁਣ ਅਸੀਂ ਰਾਸ਼ਨ ਵੀ ਤਿਆਰ ਕੀਤਾ ਜੀ, ਕਣਕ, ਦਾਲ, ਆਟਾ, ਜੋ ਅਤੇ ਹਰਾ ਚਾਰਾ ਸਭ ਕੁਝ ਤਿਆਰ ਕਰੀ ਜਾਂਦੇ ਹਾਂ ਜੀ ਰਲ ਮਿਲ ਕੇ। ਅਸੀਂ ਇਹੀ ਅਪੀਲ ਕਰਦੇ ਹਾਂ ਕਿ ਹਰੇਕ ਪਿੰਡ ਕਰੋ, ਥੋੜ੍ਹਾ ਬਹੁਤ ਤਾਂ ਜਿੰਨੇ ਜੋਗਾ ਕੋਈ ਹੈਗਾ ਦਾਨ ਪਾਓ, ਐਦੂ ਵੱਡਾ ਕੋਈ ਪੁੰਨ ਨਹੀਂ ਕਿਤੇ। ਹੜ੍ਹਾਂ ਕਰਕੇ ਪੂਰਾ ਪੰਜਾਬ ਮੁਸੀਬਤ ਦੇ ਵਿੱਚ ਹੈ, ਪਰ ਇਹ ਮੁਸੀਬਤ ਉਦੋਂ ਮੁਸੀਬਤ ਨਹੀਂ ਲੱਗਦੀ ਜਦੋਂ ਪੂਰਾ ਪੰਜਾਬ ਕਿਸੇ ਮੁਸੀਬਤ ਦਾ ਡਟ ਕੇ ਮੁਕਾਬਲਾ ਕਰਦਾ ਤੇ ਮਿਲ ਕੇ ਮੁਕਾਬਲਾ ਕਰਦਾ। ਅਜਿਹਾ ਹੀ ਉਪਰਾਲਾ ਪਿੰਡ ਜੱਸੀ ਦੇ ਲੋਕ ਕਰ ਰਹੇ ਨੇ। ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ।